ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਅੱਜ ਆਪਾਂ ਲੱਗੇ ਮਸ਼ੀਨ ਨੂੰ ਬਾਹਰ ਕੱਢਣ, ਅਤੇ ਹੁਣ ਆਪਣਾ ਕਣਕ ਦੀ ਬਿਜਾਈ ਦਾ ਕੰਮ ਨਿਬੜ ਗਿਆ। ਹੁਣ ਆਪਾਂ ਸੁਪਰ ਸੀਡਰ ਕਰ ਦੇਣਾ ਪਿੱਛੇ ਖੜ੍ਹਾ, ਸੁਪਰ ਸੀਡਰ ਪਿੱਛੇ ਖੜ੍ਹਾ ਕਰਕੇ ਅਤੇ ਮਸ਼ੀਨ ਨੂੰ ਕੱਢ ਲਾਂਗੇ ਬਾਹਰ, ਅਤੇ ਪਿੱਛੇ ਸੁਪਰ ਸੀਡਰ ਨੂੰ ਖੜ੍ਹਾ ਕਰਦੇ। ਹੁਣ ਕੱਢਦੇ ਹਾਂ ਮਸ਼ੀਨ ਨੂੰ ਬਾਹਰ, ਦੇਖੋ। ਫੈਨ ਚੱਕਣ ਲੱਗੇ ਅਤੇ ਫੈਨ ਚੱਕ ਕੇ ਫਿਰ ਕਰਦੇ ਮਸ਼ੀਨ ਦਾ। ਬੋਰਡ ਮਗਰ ਪਾਈ ਮਸ਼ੀਨ ਬਾਹਰ ਕੱਢਣ, ਦੂਜੇ ਟਰੈਕਟਰ ਮਗਰ ਆਪਾਂ ਸੁਪਰ ਹੀਟਰ ਪਾ। ਕੱਢ ਲਈ ਬਾਅਦ ਸੁਪਰ ਸੀਡਰ ਆਪਾਂ ਧੋ ਕੇ ਹੁਣ ਖੜ੍ਹਾ ਕੀਤਾ, ਹੁਣ ਤੇਲ ਤੂਲ ਲਾ ਕੇ ਅਤੇ ਇਹਨੂੰ ਕਰਦੇ ਅੰਦਰ। ਲਿਆ ਤੇਲ ਲਿਆ, ਚੂਹੇ ਨੇ ਬਹੁਤ ਮੀਂਗਣਾ ਕੀਤੀਆਂ ਬਈ, ਬੱਲੇ ਬੱਲੇ ਲਿਬੜੀ ਪਈ ਮਸ਼ੀਨ ਹੈ, ਸਾਫ਼ ਕਰਕੇ ਖੜੀ ਕੀਤੀ। ਚੂਹੇ ਨੇ ਬਹੁਤ ਮੀਂਗਣਾ ਕਰ ਕਰਕੇ ਲਪੇੜਤੀ, ਉੱਪਰ ਵੀ ਮੀਂਗਣਾ 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 ਪਈਆਂ, ਚੂਹੇ ਬਹੁਤ ਹੈ ਅੰਦਰ। ਗੁੱਲਾ ਕਿੱਥੇ ਵਿੱਚ ਪਿਆ? ਹਾਂ, ਸੁਪਰ ਸੀਡਰ ਆਪਾਂ ਧੋਤਾ, ਮੋਟਾ ਮੋਟਾ ਧੋਤਾ, ਬੜਾ ਰੀਝਾਂ ਲਾ ਕੇ ਨਹੀਂ ਧੋਤਾ। ਹੁਣ ਇਹਦੇ 'ਤੇ ਆਪਾਂ ਆਪ ਹੀ ਧੋਤਾ, ਆਪਾਂ ਇਹਦੇ 'ਤੇ ਤੇਲ ਮਾਰ ਕੇ ਵਿੱਚ ਪਿਸਤੌਲਾਂ ਪਸਤੂਲਾਂ ਨੂੰ ਤੇਲ ਮਾਰ ਕੇ ਅੰਦਰ ਖੜਾਵਾਂਗੇ ਪਿੱਛੇ। ਦੇਖੋ ਚਵੀ ਐਨ ਹੋ ਗਿਆ ਸਾਫ, ਉਹ ਲਿਆ ਦੂਜਾ, ਉਹ ਜਿਹਨੇ ਮਾਰਦਾ ਡੀਜ਼ਲ ਉਦਣ ਕਿੱਥੇ ਆ? ਉਹ ਪਤਾ ਨਹੀਂ, ਤੈਨੂੰ ਪਤਾ ਉਹ ਕਿੱਥੋਂ ਲੈ ਕੇ ਆਏ? ਉੱਥੇ ਰੱਖਿਆ ਤਾਂ ਮਾਨ ਲੱਗੇ ਤੇ ਟਰਾਂਸਫਾਰਮਰ ਤੇਲ ਸਟਾਰਟਰ 'ਚ ਕੱਢਿਆ ਤੇਲ ਆਪਣੇ ਕੋਲ ਹੈਗਾ, ਇਹ ਤੇਲ ਮਾਰਾਂਗੇ। ਜੇ ਆਪਾਂ ਤੇਲ ਨਹੀਂ ਮਾਰ ਕੇ ਖੜਾ ਕਰਦੇ ਹਾਂ, ਮੁੜ ਕੇ ਪਿਸਤੌਲ ਜਾਮ ਹੋ ਜਾਂਦੇ ਆ ਤੇਲ ਨਾ ਲਾਉਣ ਕਰਕੇ, ਇਸ ਲਈ ਹੁਣ ਆਪਾਂ ਪਹਿਲਾਂ ਤੇਲ ਲਾ ਕੇ ਖੜਾ ਕਰਨਾ, ਪਿਸਤੌਲ ਨਾ ਜਾਮ ਹੋਣਗੇ। ਹਲੇ ਵਿੱਚ ਮਾੜਾ ਮੋਟਾ ਗਿੱਲਾ ਹੈਗਾ, ਕਿਤੇ ਕਿਤੇ ਪਾਣੀ ਹੈਗਾ ਵਿੱਚ, ਉੱਥੇ ਖੜੀ ਸੀ ਪਿੱਛੇ ਅੰਦਰ ਮਸ਼ੀਨ।
ਹੁਣ ਪਹਿਲਾਂ ਆਪਾਂ ਥੱਲੇ ਸਾਰਾ ਸਾਫ਼ ਕੀਤਾ, ਖਾਲ ਚੱਕ ਕੇ ਸਾਈਡ 'ਤੇ ਕੀਤਾ, ਇੱਥੇ ਮਸ਼ੀਨ ਖੜ੍ਹੀ ਸੀ, ਹੁਣ ਇੱਥੇ ਪਿੱਛੇ ਸੁਪਰ ਸੀਡਰ ਖੜ੍ਹਾ ਕਰਾਂਗੇ, ਸੁਪਰ ਸੀਡਰ ਦੇ ਮੂਹਰੇ ਫਿਰ ਮਸ਼ੀਨ ਖੜ੍ਹੀ ਕਰਾਂਗੇ। ਆਹ ਖੜ੍ਹੀ ਆਪਣੀ ਟਰਾਲੀ, ਇੱਕ ਬਾਹਰ ਖੜ੍ਹੀ ਆ, ਇੱਕ ਦੀ ਜਾਲੀ ਖੋਲ੍ਹ ਕੇ ਵਿੱਚ ਰੱਖੀ ਆ, ਇੱਥੇ ਕਰਕੇ ਮਗਰ ਸੁਪਰ ਸੀਡਰ ਮੂਹਰੇ ਮਸ਼ੀਨ ਖੜ੍ਹੀ ਕਰਾਂਗੇ, ਫਿਰ ਇੱਥੇ ਆਪਣੇ ਤਿੰਨ ਦੇ ਤਿੰਨ ਟਰੈਕਟਰ ਅੰਦਰ ਖੜ੍ਹ ਜਾਣਗੇ। ਟਰਾਲੀ ਆ ਖੜੀ ਬਾਹਰ ਤੂੜੀ ਵਾਲੀ, ਹਾਂ ਖੜੀ ਹੈ ਬਾਹਰ, ਬਸ ਥੋੜ੍ਹੇ ਦਿਨਾਂ 'ਤੇ ਹੋਰ ਆਪਾਂ ਫਿਰ ਹੁਣ ਕੰਪੈਨ ਦੀ ਵੀ ਰਿਪੇਅਰ ਕਰਨੀ ਸ਼ੁਰੂ ਕਰ ਦੇਣੀ ਆ, ਦੇਖਦੇ ਹਾਂ ਅੱਜ ਸੋਮਵਾਰ ਤੋਂ ਸ਼ੁਰੂ ਕਰ ਦੇਣੀ ਆ ਆਪਾਂ ਕੰਪੈਨ ਦੀ ਰਿਪੇਅਰ ਵੀ, ਫਿਰ ਤੁਹਾਨੂੰ ਅਗਲੇ ਬਲੌਗ 'ਚ ਦਿਖਾਵਾਂਗੇ, ਕੰਪੈਨ ਦੀ ਰਿਪੇਅਰ ਵੀ ਸ਼ੁਰੂ ਕਰ ਦੇਣੀ ਹੁਣ ਆਪਾਂ, ਬਾਕੀ ਹੁਣ ਤੇਲ ਤੂਲ ਲਾ ਕੇ ਖੜ੍ਹਾ ਕਰਦੇ ਅੰਦਰ। ਲਓ ਜੀ ਹੁਣ ਆਪਾਂ ਸੁਪਰ ਸੀਡਰ ਦੇ ਅੰਦਰ ਖੜ੍ਹਾ ਕਰ ਦਿੱਤਾ ਸੀ, ਫਿਰ ਹੁਣ ਆਪਾਂ ਵਿਹਲੇ ਸੀਗੇ, ਆਪਣੇ ਕੋਲ ਹੋਰ ਕੋਈ ਕੰਮ ਆਉਣੇ ਸੀ, ਫਿਰ ਆਪਾਂ ਸੋਚਿਆ ਕਿ ਮਸ਼ੀਨ ਦੀ ਰਿਪੇਅਰ ਵੀ ਕਰਨੀ ਆ, ਮਸ਼ੀਨ ਆਪਾਂ ਇੱਦਾਂ ਐਤਕੀ ਲਈ ਸੀ ਇਹ, ਅਤੇ ਫਿਰ ਆਪਾਂ ਹੋਰ ਤਾਂ ਕੁਛ ਇਹਦਾ ਕਰਨਾ ਨਹੀਂ ਹੈਗਾ, ਹਾਲੇ ਆਪਾਂ ਇੱਕ ਸੀਜ਼ਨ ਹੀ ਲਾਇਆ, ਬੜੇਡ ਵੀ ਹਲੇ ਸਹੀ ਆ ਇੱਕ ਪਾਸਾ ਘਸਿਆ, ਹੁਣ ਵੀ ਆਪਾਂ ਕਿਹਾ ਵਿਹਲੇ ਅੱਜ ਬੜੇਡ ਹੀ ਚੇਂਜ ਕਰ ਲੈਂਦੇ ਹਾਂ, ਹੁਣ ਆਪਾਂ ਦੇਖੋ ਹੀ ਲੱਗੇ ਹਾਂ ਬੜੇਟਾਂ ਦੇ ਪਾਸੇ ਘੁਮਾਉਣ, ਹੁਣ ਬੜੇਟਾਂ ਦੇ ਪਾਸੇ ਘੁਮਾ ਦਿੰਦੇ ਹਾਂ ਜੀ ਅੱਜ ਥੋੜ੍ਹੇ ਥੋੜ੍ਹੇ, ਬਾਕੀ ਕੱਲ੍ਹ ਨੂੰ ਘੁਮਾ ਦੇਵਾਂਗੇ, ਹੋਰ ਰਹੀ ਕਿ ਵਿਹਲੇ ਵਿਹਲੇ ਨੇ ਕੀ ਕਰਨਾ, ਚਲੋ ਮਸ਼ੀਨ ਦੀ ਰਿਪੇਅਰ ਹੀ ਕਰ ਲੈਂਦੇ ਹਾਂ, ਹੁਣ ਦੇਖੋ ਜੀ ਬੜੇਟਾਂ ਦੇ ਪਾਸੇ ਘੁਮਾਉਂਦੇ ਹਾਂ, ਦੋ ਲਾਈਨਾਂ ਤਿੰਨਾਂ ਦੇ ਘੁਮਾ ਦਿੱਤੇ ਆ, ਦੇਖੋ ਜੀ ਬਾਕੀ ਆਪਾਂ ਮਸ਼ੀਨ ਐਤਕੀ ਨਵੀਂ ਲਈ ਸੀਗੀ, ਇਹ ਚੂਹਿਆਂ ਦੇ ਨਾਲ ਬਹੁਤ ਖਰਾਬ ਹੋਈ ਆ, ਉੱਪਰੋਂ ਚੂਹਿਆਂ ਨੇ ਘੁੰਮ ਘੁੰਮ ਕੇ ਮਸ਼ੀਨ ਖਰਾਬ ਕੀਤੀ ਆ ਜੀ। ਤੁਹਾਡਾ ਆਪਣਾ ਬਲੌਗ ਦੇਖਣ ਲਈ ਅੰਡ ਤੱਕ ਜੀ ਬਹੁਤ ਬਹੁਤ ਧੰਨਵਾਦ, ਫਿਰ ਮਿਲਦੇ ਹਾਂ ਅਗਲੇ ਬਲੌਗ 'ਚ।